ਵਾਲੀ ਦੇ ਜੇ ਵਧੀਆ ਕੱਪੜੇ ਪਾਏ ਹੁਣ ਤਾਂ ਕਿਸੇ ਜੱਟੀ ਤੋਂ ਘੱਟ ਨਹੀਂ ਲੱਗਦੀ ਸਾਲੀ। ਆ ਜੀ ਇਹ ਬਲਰਲਰ ਖਾ ਖਾ ਕੇ ਜੀ ਅੱਕ ਗਿਆ, ਕਦੇ ਦੇਸੀ ਮੁਰਗੀ ਦਾ ਸਵਾਦ ਵੀ ਚਖਾ ਦਿਓ। ਸਰਦਾਰ ਜੀ ਆਪਣੇ ਘਰੇ ਹੈਗੀ ਆ ਜੋੜੀ ਮੁਰਗਾ ਮੁਰਗੀ ਦੀ, ਜੇ ਕਹੋ ਤਾਂ ਮੁਰਗਾ ਲੈ ਆਉਣਾ, ਮੁਰਗੀ ਤਾਂ ਅੰਡਿਆਂ ਤੇ ਬੈਠੀ ਹੋਊ ਖਾਣੀ। ਓਏ ਸਾਇਆ, ਨਾ ਤੈਨੂੰ ਇੰਨੀ ਵੀ ਸੁਰਤ ਨਹੀਂ ਹੋਏ ਕਿ ਮੇਰੇ ਯਾਰਾਂ ਦੀ ਕੀ ਡਿਮਾਂਡ ਹੈ? ਹੈਂ ਓਏ ਸਾਇਆ, ਤੇਰੀ ਤੇਜ ਗੁਰ ਹੈ ਦੇਸੀ ਮੁਰਗੀ, ਤੇਜ ਗੁਰ। ਸਰਦਾਰ ਜੀ ਤੁਹਾਡਾ ਨਮਕ ਕਰਦਾ ਜੀ, ਗੰਗੇ ਨੇ ਤੁਹਾਡਾ ਨਮਕ ਕਰਦਾ ਜੀ, ਨਮਕ ਹਲਾਲੀ ਨਾ ਕਰਿਓ, ਵਿਚਾਰੀ ਜਵਾਕੜੀ ਭਾਲਦੀ ਆ। ਅੱਛਾ ਓਏ ਗੰਗਣਾ, ਓ ਨਮਕ ਤੂੰ ਖਾਧਾ ਅਸੀਂ ਤਾਂ ਨਹੀਂ ਖਾਧਾ। ਫਿਰ ਤੁਸੀਂ ਤੇਜ ਕੌਰ ਤੋਂ ਕੀ ਚਾਹੁੰਦੇ ਹੋ? ਗੰਗਣਾ ਬਸ ਇੱਕ ਰਾਤ ਗੰਗਣਾ, ਓਏ ਹੋਰ ਕੋਈ ਗੱਲ ਨਹੀਂ, ਆ ਮੇਰੇ ਯਾਰ ਬੇਲੀ ਖੁਸ਼ ਹੋ ਲੈਣਗੇ। ਸਰਦਾਰ ਜੀ, ਸਰਦਾਰਾ ਰੱਬ ਤੇ ਜਾ ਕੇ ਹਰ ਚੰਗੇ ਮੰਦੇ ਕੰਮ ਦਾ ਲੇਖਾ ਦੇਣਾ ਪੈਂਦਾ, ਤੂੰ ਇਸ ਗਰੀਬਣੀ ਤੇ ਜ਼ੁਲਮ ਨਾ ਕਰ। ਤੂੰ ਰੱਬ ਦੀ ਪੂੰਝ ਫੜੀ ਰੱਖਿਆ ਕਰ ਹਰ ਵੇਲੇ, ਜਾਂ ਤਾਂ ਬਾਹਰ ਜਾ ਇੱਥੋਂ। ਸਰਦਾਰ ਦੀ ਮੈਂ ਨਹੀਂ ਜਾਵਾਂਗੀ। ਅੱਛਾ ਤਾਂ ਤੂੰ ਜਾਂਦੀ ਨਹੀਂ ਫਿਰ? ਨਹੀਂ ਹੁਣ ਮੈਂ ਜਾਂਦੀ ਨਹੀਂ ਇੱਥੋਂ, ਇਸ ਘਰ ਵਿੱਚ ਹੋਰ ਕੋਈ ਜ਼ੁਲਮ ਨਹੀਂ ਹੋਣ ਦੇਣਾ। ਮੈਂ ਕਹਿਣਾ ਚਲੀ ਜਾਤ ਬੈਠਾ ਕੀ ਕਰਦੀਆਂ, ਹੋਰ ਲੈ ਜਾਓ ਇਹਨੂੰ, ਲੈ ਜਾਓ ਛੱਡਿਆ ਹੋ ਇਹਨੂੰ ਪਾਗਲ ਖਾਨੇ ਕਿਤੇ ਜਾ ਕੇ, ਲੈ ਜਾਓ ਖਿੱਚ ਕੇ, ਚੁੰਦੀ ਨਹੀਂ ਹੈ। ਨਾ ਸਰਦਾਰਾ ਨਾ, ਰਹਿਮ ਕਰ ਵਿਚਾਰੀ ਤੇ, ਇਹ ਤਾਂ ਦਰਵੇਸ਼ ਔਰਤ ਆ। ਓਏ ਚੁੱਪ ਕਰ ਜਾ, ਗੋਲੀ ਮਾਰ ਇਸ ਦਰਵੇਸ਼ਣੀ ਦੇ, ਤੇ ਮੇਰੀ ਗੱਲ ਧਿਆਨ ਨਾਲ ਸੁਣ। ਓਏ ਅੱਜ ਸਾਡੇ ਯਾਰ ਬੇਲੀ ਆਏ ਨੇ, ਹੈਂ ਜਾ ਉਸ ਦੇਸੀ ਮੁਰਗੀ ਨੂੰ ਭੇਜ ਇੱਥੇ। ਮੁਰਗੀ? ਅੱਛਾ ਤਾਂ ਤੈਨੂੰ ਹਜੇ ਦੇਸੀ ਮੁਰਗੀ ਦਾ ਨਹੀਂ ਪਤਾ, ਓਏ ਤੇਜ ਕੁਰ ਨੂੰ ਭੇਜ, ਤੇਜ ਕੁਰ ਨੂੰ ਇੱਥੇ। ਤੂੰ ਮੇਰੀ ਗਰੀਬੀ ਦਾ ਫਾਇਦਾ ਠਾ ਕੇ ਮੈਨੂੰ ਭਾਵੇਂ ਨਸ਼ਈ ਕਰਤਾ, ਪਰ ਮੈਂ ਅਜੇ ਵੀ ਤੇਰੇ ਨਾਲੋਂ ਇੱਜ਼ਤ ਪੱਖੋਂ ਤੇਰੇ ਖਾਨਦਾਨ ਨਾਲੋਂ ਅਮੀਰ ਹਾਂ। ਮੇਰੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ। ਅੱਛਾ ਤਾਂ ਹੁਣ ਕੀੜੀਆਂ ਨੂੰ ਖੰਭ ਲੱਗ ਪਏ ਨੇ। ਓਏ ਸਾਇਆ, ਸਾਡੇ ਟੁਕੜਿਆਂ ਤੇ ਪਲਣ ਵਾਲੇ ਹਰਾਮ ਸਾਧਿਆ, ਅੱਜ ਸਾਨੂੰ ਇਹ ਖੰਭ ਖਾਣਾ। ਚੁੱਪ ਕਰ ਜਾ ਤੇਜੋ, ਚੁੱਪ ਕਰ ਜਾ, ਹੁਣ ਤੂੰ ਸਿਰਫ ਸਾਡਾ ਸ਼ਿਕਾਰ ਬਣ ਕੇ ਰਹਿ ਗਈ ਹੈ। ਹੋ ਵੇਖ ਵੇਖ, ਤੇਰਾ ਆਦਮੀ ਗੰਗਣ ਰਾਮ ਸਦਾ ਦੀ ਨੀਂਦ ਸੌ ਗਿਆ, ਸਦਾ ਦੀ। ਤੇਜੋ ਨਾ, ਮੰਨਦੇ ਆ ਆਦਮੀ ਤੇਰਾ ਵਫਾਦਾਰ ਸੀ, ਪਰ ਹੁਣ ਉਸਦਾ ਕਤਲ ਹੋ ਗਿਆ ਕਤਲ। ਜੇ ਤੂੰ ਲੋਕਾਂ 'ਚ ਜਾ ਕੇ ਰੌਲਾ ਪਾਇਆ ਤਾਂ ਗੰਗਣ ਦੇ ਕਤਲ 'ਚ ਹੀ ਉਲਝਾ ਕੇ ਤੈਨੂੰ ਸਾਰੀ ਉਮਰ ਲਈ ਜੇਲ੍ਹ 'ਚ ਬੰਦ ਕਰਵਾ ਦੂੰ, ਜੇਲ੍ਹ 'ਚ। ਲੈ ਕਮਲੀ ਹੋ ਗਈ ਤੇਜੋ, ਮੇਰੀ ਗੱਲ ਧਿਆਨ ਨਾਲ ਸੁਣ, ਜੇ ਤੂੰ ਆਪਣੀ ਕੁੜੀ ਪਾਲਣੀ ਹੈ ਤਾਂ ਚੁੱਪ ਬੱਕ ਜਾ। ਗੰਗਣ ਨਾਲ ਕੀ ਹੋਇਆ, ਤੇਰੇ ਨਾਲ ਕੀ ਹੋਇਆ, ਸਭ ਕੁਛ ਭੁੱਲ ਜਾ, ਚੁੱਪ ਕਰਕੇ ਆਪਣੀ ਧੀ ਪਾਲ ਲੈ। ਧੀ ਜੇ ਇਹਨਾਂ ਦੀ ਗੱਲ ਤੇਰੇ ਕੰਨੇ ਨਹੀਂ ਪਈ ਨਾ,
ਤਾਂ ਮੇਰੀ ਗੱਲ ਧਿਆਨ ਨਾਲ ਸੁਣ ਫੱਟ ਖਾਣੀਏ। ਕੋਠੀ ਦੀ ਸਫਾਈ ਕਰਨ ਰੋਜ਼ ਆਉਣਾ, ਨਾਗਾ ਨਹੀਂ ਪਾਉਣਾ। ਜਿਸ ਦਿਨ ਨਾ ਆਈ ਉਸੇ ਦਿਨ ਤੇਰੀ ਰਾਮਲੀਲਾ ਖਤਮ। ਹੁਣ ਮੇਰੀ ਗੱਲ ਸੁਣ, ਜਿਹਦੇ ਵੀ ਅੰਗ ਕੱਢ ਕੇ ਵੇਚੇ ਨੇ ਉਹਦੀ ਭਾਫ ਨਹੀਂ ਕੱਢੀ। ਗੰਗਣ ਫੇਰ ਵੀ ਆਪਣਾ ਆਦਮੀ ਸੀ, ਉਹ ਲੱਕੜਾਂ ਸਿਵੇ ਭੇਜ ਦਿੱਤੀਆਂ ਨੇ। ਚਾਰ ਬੰਦੇ ਮੋਢਾ ਦੇਣਗੇ ਉਹਦੀ ਅਰਥੀ ਨੂੰ। ਚੁੱਪ ਕਰਕੇ ਉਹਦੀ ਅੰਤਮ ਅਰਦਾਸ ਸ਼ਾਮਿਲ ਹੋ ਜਾ। ਗੰਗਾ ਨੂੰ ਦਿਲ ਦਾ ਦੌਰਾ ਪੈ ਗਿਆ, ਇਹ ਸਭ ਨੂੰ ਪਤਾ। ਜੇ ਤੂੰ ਬੋਲੀ ਤਾਂ ਤੇਰੀ ਧੀ ਦੀ ਲਾਸ਼ ਤੈਨੂੰ ਤੋਹਫੇ 'ਚ ਭੇਟ ਕਰ ਦਿਆਂਗੇ, ਵੱਢ ਖਾਣੀਏ। ਤੇਜ਼ ਕੌਰੇ, ਇਹਨਾਂ ਸਰਦਾਰਾਂ ਦੇ ਕੁੱਤੇ ਵੀ ਇੰਨੇ ਜ਼ਾਲਮ ਨੇ। ਜੇ ਤੂੰ ਮੇਰੇ ਕਤਲ ਦੀ ਗੱਲ ਬਾਹਰ ਕੱਢੀ ਤਾਂ ਤੈਨੂੰ ਤੇ ਪੀਰਾਂ ਨੂੰ ਨੋਚ ਨੋਚ ਕੇ ਖਾ ਜਾਣਗੇ। ਤੇਰੇ ਨਾਲ ਹੋਈ ਅਣਹੋਣੀ ਤੇ ਮੇਰੇ ਕਤਲ ਨੂੰ ਭੁੱਲ ਜਾ। ਮੇਰੀ ਗੱਲ ਮੰਨ, ਤੂੰ ਵੀਰਾਂ ਨੂੰ ਪੜ੍ਹਾ ਤੇ ਮੇਰੀ ਧੀ ਨੂੰ ਪਾਲ ਪੋਸ ਕੇ ਪੁਲਿਸ ਵਿੱਚ ਭਰਤੀ ਕਰਾਈ ਤੇ ਇਹਨਾਂ ਜ਼ਾਲਮਾਂ ਤੋਂ ਬਦਲਾ ਲਈ। ਮੇਰੀ ਗੱਲ ਸਮਝ ਗਈ ਆ ਨਾ ਤੇਜੋ? ਭੁੱਲ ਜਾ, ਸਭ ਕੁਝ ਭੁੱਲ ਜਾ ਤੇਜੋ, ਭੁੱਲ ਜਾ ਤੇਜੋ, ਇਹ ਸਭ ਕੁਝ ਭੁੱਲ ਜਾ, ਜਾ ਚਲੀ ਜਾ। ਤੇ ਇਸ ਤਰ੍ਹਾਂ ਜਾ ਚਲੀ। ਮੈਂ ਆਪਣੇ ਪਤੀ ਤੇ ਆਪਣੀ ਪਤ ਲੁਟਾ ਕੇ ਵੀ ਗੰਦਗੀ ਸਿਰ ਤੇ ਢੋਂਦੀ ਰਹੀ ਤੀ, ਤੇ ਹੁਣ ਉਹਦਾ ਪੁੱਤਰ ਸ਼ੇਰਾ, ਉਹ ਤਾਂ ਹੋਰ ਵੀ ਜ਼ਾਲਮ ਬੰਦਾ। ਤੇ ਅੱਜ ਆਪਣੇ ਗੱਲ ਉਹੀ ਜੰਜਾਲ ਪਾ ਲਿਆ ਜੋ ਕਦੇ ਕਿਸਮਤ ਨੇ ਮੇਰੇ ਤੇ ਤੇਰੇ ਬਾਪੂ ਦੇ ਗੱਲ ਤੇ ਪਾਇਆ ਸੀ। ਮਾਂ, ਮੈਂ ਤੇਰੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਆਪਦੀ ਇੱਜ਼ਤ ਨੂੰ ਹਮੇਸ਼ਾ ਮਹਿਫੂਜ਼ ਰੱਖਾਂਗੀ, ਤੇ ਰੱਬ ਨਾ ਕਰੇ ਜੇ ਕਦੇ ਮੇਰੇ ਤੇ ਇਹੋ ਜਿਹਾ ਦਿਨ ਆ ਵੀ ਗਿਆ ਤਾਂ ਸੌ ਗੁਰੂ ਦੀ, ਮੈਂ ਤੈਨੂੰ ਆਪਦਾ ਮੂੰਹ ਨਹੀਂ ਦਿਖਾਵਾਂਗੀ। ਕੁੜੇ ਚੱਲ ਛੱਡ ਪੁੱਤ, ਇਹ ਤਾਂ ਆਪਦੀ ਪੜ੍ਹਾਈ ਨੂੰ ਵੀ ਵਕਤ ਪਾ ਲਿਆ। ਕਿੱਥੋਂ ਮੈਨੂੰ ਇਹ ਚੰਦਰੀ ਬਿਮਾਰੀ ਆ ਲੱਗੀ। ਮਾਂ, ਬਸ ਤੂੰ ਆਰਾਮ ਕਰ, ਮੈਂ ਵੀ ਕੱਲ੍ਹ ਨੂੰ ਜਾ ਕੇ ਕਾਲਜ ਤੋਂ ਛੁੱਟੀਆਂ ਲੈ ਆਉਂਦੀ ਹਾਂ। ਆਹੋ ਪੁੱਤ, ਤੂੰ ਕੱਲ੍ਹ ਨੂੰ ਕਾਲਜ 'ਚੋਂ ਜਾ ਕੇ ਛੁੱਟੀ ਲੈ ਆ, ਜੇ ਮੈਂ ਠੀਕ ਹੋ ਗਈ ਤਾਂ ਉਹਨਾਂ ਜ਼ਾਲਮਾਂ ਦੇ ਪੈਰ ਫੜੂੰਗੀ ਤੇਰੀ ਪੜ੍ਹਾਈ ਕਰਾਉਣ ਵਾਸਤੇ। ਕੀ ਗੱਲ ਹੈ ਮਾਲਕੋ, ਅੱਜ ਕੱਲ ਨਜ਼ਰ ਨਹੀਂ ਬੁਲਾਉਂਦੇ ਸਾਡੇ ਵਰਗੇ ਗਰੀਬਾਂ ਨਾਲ? ਨੀ ਬੋਲ ਹੁਣ, ਵਿਚਾਰਾ ਕਦੋਂ ਦਾ ਮਗਰ ਫਿਰਦਾ ਤੇਰੇ। ਨੀ ਸੱਤੀ, ਇਹ ਕੀ ਜਾਣਦੇ ਗਰੀਬੀ ਕੀ ਹੁੰਦੀ ਹੈ? ਹਾਂ ਹਾਂ, ਓਏ ਮੈਂ ਕਾਹਨੂੰ ਜਾਣਦਾ ਗਰੀਬੀ ਕੀ ਹੁੰਦੀ ਹੈ, ਪਰ ਜਾਣਨ ਨੂੰ ਫਿਰਦਾ। ਵੀਰਾ ਇੱਕ ਗੱਲ ਜ਼ਰੂਰ ਹੈ, ਤੈਨੂੰ ਵੇਖ ਕੇ ਇੰਝ ਲੱਗਦਾ ਕਿ ਗਰੀਬੀ ਹੁੰਦੀ ਬੜੀ ਖੂਬਸੂਰਤ ਹੈ। ਵੇ ਚੱਲ ਚੱਲ, ਬਹੁਤੀ ਗੱਲਾਂ ਨਾ ਬਣਾ, ਨਾਲੇ ਤੂੰ ਹੁਣ ਇੱਥੋਂ ਚੱਲ ਜਾ ਜੇ ਤੈਨੂੰ ਕਿਸੇ ਨੇ ਮੇਰੇ ਨਾਲ ਦੇਖ ਲਿਆ ਨਾ। ਸਿਮਰ, ਤੂੰ ਮੇਰਾ ਖਿਆਲ ਛੱਡ ਦੇ, ਮੈਂ ਤਾਂ ਅੱਜ ਕਾਲਜ ਤੋਂ ਪੱਕੀ ਛੁੱਟੀ ਕਰ ਲਈ ਹੈ।
हाँ सिमर, इन्हें कालस तो पक्की छुट्टी ले ली है। तू है कि मेरे प्यार की कदर ही नहीं करती। कौन किसी वास्ते तारे गिंदा, ये सब तो फिल्मी कहानियां ने।